ਡੇਰਾ ਬਾਬਾ ਨਾਨਕ ਵਿਖੇ ਤਿਆਰ ਕੀਤੇ ਗਏ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਉਪਰੰਤ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 9 ਨਵੰਬਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਰਤਾਰਪੁਰ ਲਾਂਘੇ ਦਾ ਉਦਘਾਟਨ ਕਰਨ ਤੋਂ ਬਾਅਦ ਪਹਿਲਾ ਜਥਾ ਰਵਾਨਾ ਕੀਤਾ ਜਾਵੇਗਾ, ਜਿਸ ਵਿੱਚ ਮੰਤਰੀ, ਵਿਧਾਇਕ ਅਤੇ ਹੋਰ ਮੋਹਤਵਾਰ ਸ਼ਾਮਲ ਹੋਣਗੇ, ਜਦਕਿ 10 ਨਵੰਬਰ ਨੂੰ ਸ਼ਰਧਾਲੂਆਂ ਦਾ ਪਹਿਲਾ ਜਥਾ ਰਵਾਨਾ ਹੋਵੇਗਾ। ਸਾਡੀ ਜਿਹੜੀ ਤਿਆਰੀਆਂ ਨੇ ਪੂਰੀਆਂ ਮੁਕੰਮਲ ਨੇ। ਹੁਣ LPA ਨੇ ਜਿਹੜੀ ਉਹਨਾਂ ਨੇ ਆਲਮੋਸਟ ਜਿਹੜੀ 9 ਤਰੀਕ ਨੂੰ ਖੁੱਲ੍ਹਣਾ, ਤਾਂ ਉਸ ਦਿਨ ਸਾਡੀ ਜਿਹੜੀ ਸੰਗਤ ਜਾਏਗੀ ਔਰ ਜਿਹੜੀ ਫਲੈਗ ਆਫ ਵੀ ਪ੍ਰਾਈਮ ਮਿਨਿਸਟਰ ਸਾਹਿਬ ਕਰਨਗੇ। ਜਿਹੜੀਆਂ ਕੁਝ ਛੋਟੀਆਂ ਮੋਟੀਆਂ ਕਮੀਆਂ ਨੇ ਜਾਂ ਜਿਹੜੀ ਕੰਸਟਰਕਸ਼ਨ ਚੱਲਣੀ, ਉਹ ਤਾਂ ਕਈ ਸਾਲ ਚੱਲਦੀ ਰਹਿਣੀ ਕਿ ਤੁਸੀਂ ਵਾਹਗਾ ਬਾਰਡਰ ਦੇਖੋ ਕਿੰਨੇ ਸਾਲ ਹੋ ਗਏ ਆ ਉਹਦੀ ਕੰਸਟਰਕਸ਼ਨ ਚੱਲਦੀ ਹੀ ਰਹਿੰਦੀ ਹੈ। ਤਾਂ ਉਸ ਕਰਕੇ ਉਹ ਜਿਹੜੇ ਲੌਂਗ ਟਰਮ ਜਿਹੜੇ ਹੈਗੇ ਨੇ ਪ੍ਰੋਜੈਕਟ ਨੇ ਉਹ ਤਾਂ ਚੱਲਣਗੇ, ਜਿਵੇਂ ਹੋਟਲ ਬਣਨੇ ਜਾਂ ਦਰਸ਼ਨ ਸਥਲ ਬਣਨਾ, ਇੱਕ ਤਾਂ ਇੱਥੇ ਬਣੇਗਾ, ਇੱਕ ਹੋਰ ਬਣਾਉਣਗੇ ਉਹ ਰਿਵੋਲਵਿੰਗ ਬਣਾ ਰਹੇ ਨੇ ਕਿ ਉਹਨੂੰ ਕੋਈ 60 ਫੁੱਟ ਉੱਚਾ ਬਣਾ ਕੇ ਤਾਂ ਕਿ ਦਰਸ਼ਨ ਹੋ ਸਕਣ। ਅਤੇ ਔਰ ਇਹ ਜਿਹੜਾ ਜਿੱਥੇ ਆਪਾਂ ਖੜ੍ਹੇ ਹਾਂ, ਐਕਚੁਲੀ ਇਹ ਬਾਅਦ 'ਚ ਲਾਂਘਾ ਇਹੀ ਬਣੇਗਾ, ਕਿਉਂਕਿ ਉਹਨਾਂ ਨੇ ਅੱਗੇ ਫਲਾਈਓਵਰ ਬਣੇਗਾ। ਅਤੇ ਮੇਰੇ ਖਿਆਲ ਟੈਂਪਰੇਰੀ ਅਜੇ ਇਸੇ ਨੂੰ ਹੀ ਸੰਗਤਾਂ ਦੇ ਜਿਹੜੇ ਨਹੀਂ ਜਾ ਸਕਣਗੇ ਉਹਨਾਂ ਨੂੰ ਇੱਥੋਂ ਦਰਸ਼ਨ ਕਰਨਗੇ। ਅੱਜ ਤੁਸੀਂ ਦੇਖ ਰਹੇ ਹੋ ਜਿੰਨਾ ਕਲੀਅਰ ਆ ਸਾਹਮਣੇ, ਅਤੇ ਇਹ ਬਿਨਾਂ ਦੂਰਬੀਨ ਤੋਂ ਵੀ ਜਿਹੜੇ ਦਰਸ਼ਨ ਕੀਤੇ ਜਾ ਸਕਦੇ ਨੇ। ਔਰ ਡੇ ਬਾਈ ਡੇ ਤੁਸੀਂ ਦੇਖ ਹੀ ਰਹੇ ਹੋ ਕਿ ਕਲੈਰਿਟੀ ਹੋਰ ਵੱਧਦੀ ਜਾ ਰਹੀ ਹੈ।